ਕਹਿੰਦੇ ਵੀ ਗੋਰੀ ਗਹਿਰੇ ਨਾਲ ਬਲੌਗ ਪਾ ਤੂੰ ਗਈ। ਮੈਂ ਕਿਹਾ ਪਾ ਦਿੰਦੇ ਆ ਪਿੰਡਾਂ ਵਾਲੇ ਕਾਲਜ ਮਚਾ ਦਿੰਦੇ ਆ, ਹੱਸਦੇ ਨੂੰ ਹਸਾ ਦਿੰਦੇ ਆ, ਰੋਂਦੇ ਨੂੰ ਰਵਾ ਦਿੰਦੇ, ਮੇਰੀ ਕਿਹੜੀ ਗੱਲ ਆ, ਸੰਤ ਬੰਦੇ ਅਸੀਂ ਕੁਛ ਵੀ ਕਰ ਸਕਦੇ ਹਾਂ ਠੀਕ ਆ, ਉੱਥੋਂ ਦੇ ਹੈ ਹੀ ਬਰਨਾਲੇ ਵਾਲੇ ਸੰਤ। ਖੈਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਗੋਰੇ ਗੋਰੇ ਨਾਲ ਵੀਡੀਓ ਦਾੜ ਤਾਂ ਸਿੱਟੀ ਜਾਇਆ ਕਰਨੀ ਹੁਣ ਆਪਾਂ ਠੀਕ ਆ। ਤੇ ਘਰਦੇ ਇੱਥੇ ਆਏ ਸੀਗੇ, ਕਹਿੰਦੇ ਤੇਰੇ ਵਾਸਤੇ ਕਹਿੰਦੇ ਕੀ ਤੈਨੂੰ ਚੱਲ ਗਿਆ ਸਾਡਾ ਨਵਾਂ ਇੰਡੀਆ, ਤੇਰਾ ਵਿਆਹ ਕਹਿੰਦੇ ਕਰਾਈ ਦੇਣਾ। ਫਿਰ ਮੈਨੂੰ ਕਿਸੇ ਨੂੰ ਮੂਹਰੇ ਲਿਆਉਣਾ ਹੀ ਪੈ ਗਿਆ ਵੀ ਭਾਈ ਦੇਖੋ ਮੇਰੇ ਸਿਰ ਤੇ ਆਲਰੇਡੀ ਜ਼ਿੰਮੇਵਾਰੀ ਹੈਗੀ ਆ, ਤੇ ਮੈਂ ਹੋਰ ਨਹੀਂ ਜ਼ਿੰਮੇਵਾਰੀ ਚੱਕ ਸਕਦਾ ਵੀਰੇ, ਕੀ ਕਰੇ ਹੈ ਨਾ। ਮੈਂ ਸਮਝਾਇਆ ਫਿਰ ਉਹਨਾਂ ਨੂੰ, ਸੋ ਦੇਖੋ ਕੀ ਬਣਦਾ ਅੱਜ। ਤੁਹਾਡੀ ਭਾਬੀ ਤੁਹਾਡੀ ਸੱਸ ਨੇ ਮੈਨੂੰ ਕਹਿੰਦੀ ਚਾਹ ਤੇ ਬੁਲਾਇਆ ਹੈਗਾ, ਉਹਨੂੰ ਚਾਹ ਬਣਾਉਣੀ ਸਿਖਾਈ ਸੀਗੀ ਮੈਂ, ਕਿਹਾ ਚਾਹ ਕੌਫੀ ਕੁਛ ਵੀ ਵਧੀਆ ਜਿਹਾ ਬਣਾਈ, ਚਾਹ ਬਣਾਉਣੀ ਸਿਖਾਈ, ਚਾਹ ਤਾਂ ਸਿੱਖ ਗਈ। ਤੇ ਕਹਿੰਦੀ ਮੈਂ ਕਹਿੰਦੀ ਮੈਂ ਪਤਾ ਨਹੀਂ ਰਹਿੰਦੀ ਮੰਮੀ ਨਾਲ, ਕਹਿੰਦੀ ਮਿਲਾਉਣਾ, ਮੈਂ ਕਿਹਾ ਭਾਈ ਠੀਕ ਹੈ। ਸੋ ਦੇਖੋ ਕੀ ਬਣਦਾ, ਚੱਲੇ ਆ। ਮਿੱਤਰੋ ਅੱਜ ਆਪਾਂ ਆਏ ਸੀਗੇ ਤੁਹਾਡੀ ਭਾਬੀ ਦੇ ਕੋਲ, ਆਹ ਮੇਰੀ ਸੱਸ ਆ, ਕੰਮ ਕਰੀ ਜਾਂਦੀ ਹੈਗੀ। ਹੈਲੋ, ਇਹ ਇਹ ਥੋੜ੍ਹੀ ਸਕਦੀ ਆ ਅੱਜ, ਅਤੇ ਉਹਨੂੰ ਮੈਂ ਕਿਹਾ ਤੂੰ ਬੁਕੇ ਚਾਹ ਬਣਾ ਕੇ ਦੇ ਮੈਨੂੰ ਅੱਜ, ਸੋ ਸ਼ੀ ਵਿਲ ਮੇਕ ਚਾਏ ਔਰ ਕੌਫੀ, ਆਈ ਡੋਂਟ ਨੋ ਵਟ ਸ਼ੀ ਇਜ਼ ਮੇਕਿੰਗ ਸਮਥਿੰਗ। ਸੋ ਇਜ਼ ਇਟ ਕੌਫੀ ਔਰ ਟੀ? After? Yeah. Okay. First time he will try to do this. ਬਾਬੇ ਉਹ ਭਾਬੀ ਦੇ ਘਰੇ ਆਇਆ ਮੇਰੇ ਸਾਥ ਨੇ ਕੰਮ ਲਾਤਾ, ਚੱਲ ਕੋਈ ਨਾ ਪੀ ਆਰ ਪੀ ਕੁਛ ਵੀ ਕਰ ਸਕਦੇ ਹਾਂ। ਇਟਸ ਗੁੱਡ, ਇਟਸ ਗੁੱਡ, ਯਾ ਇਟਸ ਗੁੱਡ, ਲਾਈਕ ਯੂ। ਵਾਓ, ਖਾਲੀ ਪੰਪ ਭਰੀ ਜਾਂਦੀ ਹੈਗੀ। ਰਾਈਟ, ਤੇਰਾ ਵੈਸੇ ਬੇੜਾ ਸੱਚਾ ਨਾ ਸੋਚੇ ਤੇਰਾ, ਸਾੜੀ ਨੇ ਕੰਮ ਲਾ ਲਿਆ ਮੈਨੂੰ, ਜਲਦੀ 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 ਕਰਨਾ। ਵਨ ਮੋਰ, ਇੱਕ ਇੱਕ ਚੀਜ਼ ਸਿਖਾ ਦੀ ਹੁਣ, 4 1 2 3 4 ਜਸਟ 4 ਫੋਰ ਨਾਓ ਐਂਡ ਆਫਟਰ ਇਫ ਕੋ ਬੀ ਮੋਰ ਦਿਸ ਵਨ। ਦਵਾਈ ਸ਼ਵਿਤਕਾ ਸ਼ਵਿਤਕਾ ਰਿਖਲੇਸ਼, ਵਾਟ ਇਜ਼ ਦ ਮੀਨਿੰਗ ਆਫ ਦਿਸ? ਜਲਦੀ 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 ਜਲਦੀ, ਯੈਸ, ਇਨ ਯੂਕਰੇਨ ਲੈਂਗੁਏਜ ਇਟਸ ਬਿਸਤਰਾ ਬਿਸਤਰਾ। ਨੋ, ਇਟਸ ਰਸ਼ੀਅਨ ਰਸ਼ੀਅਨ ਬਿਸਤਰਾ ਬਿਸਤਰਾ ਯੂਕਰੇਨ, ਵਾਟ ਇਜ਼ ਡਿਡ ਯੂ ਸੇ? ਨੋ, ਰਸ਼ੀਅਨ ਰਸ਼ੀਅਨ ਇਟਸ ਬਿਸਤਰਾ ਬਿਸਤਰਾ, ਯੂਕਰੇਨੀਅਨ ਇਟਸ ਸ਼ਵਿਤਕ ਸ਼ਵਿਤਕ, ਸਲੋਵਾਕ ਇਟਸ ਰਿਖਲੋ ਰਿਖਲੋ। ਓਕੇ, ਮੇਰੇ ਸਾਡੇ ਪਤਾ ਤਾਂ ਮੈਨੂੰ ਸਾਰਾ ਕੁਝ ਆ ਗਿਆ, ਹੁਣ ਮੈਂ ਕੀ ਕਹਾਂ। ਹੇਅਰ ਦਿਸ ਯੋ, ਓ ਨੋ, ਤੁਹਾਡੀ ਭਾਬੀ ਨੇ ਬਣਾਤੀ ਸਾਰੀ, ਆਉਂਦੀ ਹੈ ਨੀ ਕੈਮਰੇ 'ਚ, ਕਹਿੰਦੀ ਨਹੀਂ ਮੈਨੂੰ ਸ਼ਰਮ ਆਉਂਦੀ ਹੈਗੀ। ਹੈਲੋ, і так сьогодні ми будемо вчити нове слово, це цукерки. Сьогодні цей Indian guy дуже хотів кави. Тепер він п'є велику чашку кави. Tea very good. It's coffee. Coffee? Coffee is very good. Okay. І сьогодні він буде вчити нове слово. Це цукерки. А can you tell again? Цукерки? Цукерки. Джеда, this is цукерки? Цукерки. ਜਿਹੜੀ ਆਪਣੀ ਬੱਸ ਦੇ ਵਿੱਚ ਨਹੀਂ ਹੁੰਦੀਆਂ ਉਹ ਟੋਕੀਆਂ ਜਾਂ ਗੋਲੀਆਂ ਜਾਂ, ਉਹਨੂੰ ਪਤਾ ਨਹੀਂ ਕਹਿੰਦੇ ਸੁਕੈਰਿਕ। ਸਾਡੇ ਚਾਰਾਂ ਨੇ ਖਵਾਈ ਜਾਂਦੀ ਹੈ। But I hope it stays. ਅੱਛਾ ਅੱਛਾ, ਕਿਉਂ ਪਿੰਡ ਵਾਲਿਓ ਝਾਕਦੇ ਹੋ, ਇੱਥੇ ਬੈਠੀ ਬਿਟਰ ਬਿਟਰ ਝਾਕੀ ਜਾਂਦੇ ਹੋ ਕਿ ਵੀ ਕਰੀ ਕੀ ਜਾਂਦਾ ਇਹ। ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਵੀਰੇ, ਜਿਹੜੇ ਸਾਡੇ ਸ਼ਹਿਰ ਬਰਨਾਲੇ ਦੇ ਨੇ, ਜਿਹੜੇ ਮੇਰੇ ਨਾਨਕੇ ਭਦੌੜਦੇ ਨੇ, ਅਤੇ ਜਿਹੜੇ ਮੇਰੇ ਭੂਆ ਕੇ ਪਿੰਡ ਸੰਘੇੜੇ ਦੇ ਨੇ, ਅਤੇ ਜਿਹੜੇ ਮੇਰੇ ਚਾਚੇ ਤਾਏ ਦੇਖਦੇ ਆ ਮੇਰੇ ਵੀਡੀਓ, ਹੈ ਨਾ ਵੀਰੇ, ਤੁਸੀਂ ਝਾਕੀ ਜਾਣਾ ਝਾਕੀ ਜਾਣਾ, ਸੰਤਾਂ ਨੇ ਬਹਿ ਕੇ ਗੋਰੀ ਲਿਆਉਣੀ ਹੈਗੀ, ਚੰਦਰੀ ਨੇ ਚਾਹ ਬਣਾ ਕੇ ਪਈ ਆ, ਬੇਬੇ ਨਾਲ ਮਿਲਾ ਤਾ ਮੈਨੂੰ, ਸਮਝਦੇ ਹੋ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੜੋ ਪਿੰਡ ਵਾਲਿਓ, ਠੀਕ ਹੈ, ਉਹ ਭੈਣ ਇੱਕ ਤਾਂ ਭਾਸ਼ਾ ਹੋਰ ਇੱਕ ਬੋਲੀ ਜਾਵੇ, ਮੈਨੂੰ ਅੱਬਲ ਤਾਂ ਉਹਨੂੰ ਲੱਗਦਾ ਸੀ ਮੈਨੂੰ ਕੁਝ ਸਮਝ ਆ ਰਿਹਾ ਹੈਗਾ, ਅੱਧਾ ਚੱਧਾ ਜਾਂ ਮੈਨੂੰ ਉਹਨੂੰ ਕਹਿੰਦਾ, ਮੈਨੂੰ ਕਾਫੀ ਲੈਂਗੁਏਜਾਂ ਆਉਂਦੀਆਂ ਨੇ ਵੀ ਚੰਦਰੀਆ, ਮੈਨੂੰ 20-25 ਸਾਲ ਪੜ੍ਹ ਕੇ ਮੈਨੂੰ ਬਾਬਾ ਕਹਿੰਦਾ ਸਕੂਲ 'ਚ, ਉਹ ਤੋਂ ਬਾਅਦ ਹੋਰ ਥਾਵਾਂ 'ਤੇ ਪੜ੍ਹ ਪੁੜ ਕੇ ਮੈਨੂੰ ਕਦੇ
खैर लैंग्वेज बहुत आउंदियां ने। दूजी गल जिहड़े बंदे वीडियो देख रहे हो नवे हो पुराने हो बेहे हो ताजे हो जो भी हो यूट्यूब चैनल नूं सबसक्राइब कर लो फिर वीडियो वध पाया करांगे। इत्थे जिहड़ा आपां घरे सीगे वध आपां गल्लां बातां च टाइम रख्या आपदा कोई आए नहीं भी कैमरे जाके वह भी कहिंदी खड़ जा कहिंदी अज तक नहीं रहिण दे। मैं ठीक है भाई तेरी गल सिर मत्थे ठीक है तेरे सिरों ही पी आर आउणी है मैं कहड़ा दस इत्थे आणा मैं कहड़ा जम्मिया इधरला। सो खैर बाकी 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 जिहड़े बंदे नवे नवे हो सबसक्राइब कर लो चैनल नूं। आपां मीडिया नॉलेज वालियां भी हुंदियां ने फनी भी हुंदियां ने थोड़ी जी डिफरेंट चीज़ भी अज वांगू दिखा दिंदे हुंदे आ भी लो जी इह वी गल सीन बण जांदा है ना गोरियां नूं चाह बनाउण ला दिंदे आ जिहड़े कहिंदे अपने कदे किसी किसी ने किसी ने पापे दादे मामे चाचे फुफड़ा ने कदे कदे राज रूज कीता हो अपने ते वीरे उहनां दी कुड़ियां नूं चाह बनाउण लाता वीरे समझण वाली गल है। ते दूजी गल चैनल कर लो सबसक्राइब फिर मैनू भी हौसला हो जाता भी हाँ भाई चार बंदे देखते उन्होंने नवी चीज़ होर दिखाई है ना क्योंकि जे नहीं होंगे फिर भैन तो मैं फोन च भी देख सकदा गा भी चल भी हैगी है मेरे को भी फिर तुम दिखाई दे की फायदा। सो जी गल है वह समझो सड़ो बस वाह मजा ही आ जाता गा है तो कई सीन दिखाने वाले नहीं है वो मैं नहीं दिखा है ना सोची जा करो इमेजिन कर लिया करो मेरा मामा भी बड़ी रीजनल वीडियो देखता गा क्या मामे ठीक है ओके बाय बाय लै भी जो बना लै बाबे असी कपड़े कर ले कट्ठे अज गड्डी भर के सिटन चले की बेचारा जी तुम कपड़े सटाते मेरे अद्धे मन ज्यादा दुख दुखदा है नवे सारे नवे कपड़े थे पर हुण तो मेच नहीं है मैं फिट फिट वाला हो गया मैं अज विच वाला थोड़ा तगड़ा हो गया कनेडा आने कनेडा आके एक कॉलेज और रख दे नवा कोट पैंट मानदी गल आ 407 दी जैकेट आ भाई एक रोड है ना रोड आ 407 जिथे तुम आ देख लिया वो तो ना चढ़ो मेरे टिकट मिल जाए मैं मुँह माउंटन रहना गया ब्रांटन गया मैनू मैनू $10 की टिकट मिली है घट मिलती है जड़ी ये नहीं है जड़िया आ दो ने टिकट थोड़ा लाइट चल जा नहीं तो साफ होगा जो आप गड्डी गलत हाल खड़ा दें आ टिकट मिल जाए बी ਮੌਂਟਰੀਅਲ ਚ ਮਿਲਦੀ ਹੈਗੀ ਇਹ ਇੱਕ ਗਲਤ ਪਾਰਕਿੰਗ ਦੀ $80 ਦੀ ਇੱਕ ਤੁਸੀਂ ਲਾਲੇ ਦੇਖਿਆ ਉਹ ਫਾਇਰਵੇਟ ਵਾਲਾ ਉਹ ਮਿਲਦੀ ਹੈਗੀ 180 ਦੀ ਤੇ ਕਈ ਵਾਰ ਜਦੋਂ ਬਰਫ਼ 'ਚ ਗੱਡੀਆਂ ਸਾਫ਼ ਸਨੋਹ ਚੱਕਣ ਵਾਲੇ ਹੁੰਦੇ ਆ ਮੇਰੀ ਉਦੋਂ ਗੱਡੀ ਖੜੀ ਰਹਿ ਗਈ ਸੀਗੀ ਦੋ ਵਾਰ ਖੜੀ ਰਹਿ ਗਈ ਦੋ ਰੇਟਾਂ ਦੇ ਕੇ ਮੈਨੂੰ 180 ਦੀਆਂ 82 ਦੀਆਂ ਤੇ 300 ਦਾ ਇਹ ਬਣ ਗਏ ਇਹ ਹੋ ਗਿਆ ਤੇ ਬਾਕੀ ਇੱਕ ਦੋ ਕੰਮ ਹੋਰ ਆ ਫਿਰ ਆਪਾਂ ਸਿੱਟਰ ਚੱਲਦੇ ਹਾਂ ਦੇਖਦੇ ਹਾਂ ਕੀ ਸਿਸਟਮ ਆ ਚੰਗਾ ਰੈਡੀ ਇੰਡੀਆ ਤੋਂ ਆਪਾਂ ਹੋਰ ਹਾਰਾ ਮੰਗਾਓ लसीन प्लाजे च जिथे आप कपड़े सीट ने सारे इथे इन्होंने तौड़े जे बना के रखे होंगे है फिर जे कह नहीं दें ऑफ ते लगे पे कपड़े 50% ਬਹੁਤ ਆਪਾਂ ਮੈਂ ਜੇ ਕਈ ਵਾਰ ਸਸਤੇ ਜੇ ਵੇਹਰਾ ਉੱਚ ਵਗ ਜਾਈਏ ਉੱਥੇ ਦੁਕਾਨ ਤੇ ਵਗ ਜਾਈਏ ਉੱਥੇ ਐਂ ਪਿਆ ਹੁੰਦਾ ਗਾ ਸੋ ਤਤ ਕੱਢ ਕੇ ਤਾਂ ਇਹੀ ਲੱਗਦਾ ਵੀ ਭਾਈ ਆਹੀ ਸਿਸਟਮ ਹੈਗਾ ਇਹਦੇ ਵਿੱਚ ਦੀ ਕੱਢ ਲਗੋ ਨਹੀਂ ਹੁੰਦਾ ਲੋ ਇਹ ਤਾਂ ਪਹਿਲੇ ਹੀ ਫੁੱਲ ਹੈ ਇਹ ਫੁੱਲ ਹੋਇਆ ਪਿਆ ਹੈਗਾ ਆਹ ਸੀਗਾ ਆਹ ਦੇ ਇੱਥੇ ਤਾਂ ਪਹਿਲੇ ਲੋਕਾਂ ਨੇ ਇਹ ਤਾਂ ਬਾਹਰ ਹੀ ਸਿੱਟੇ ਪਏ ਆ ਇਹ ਇੰਡੀਆ ਤੋਂ ਹੀ ਮਾੜਾ ਹਾਲ ਕਰੀ ਬੈਠੇ ਅੱਜ ਜਾਂ ਫਿਰ ਆਪਾਂ ਐਂ ਕਰਦੇ ਹਾਂ ਲਸਾੜ ਚੱਲਦੇ ਆ ਲੋ ਦੂਜੀ ਸਾਈਡ ਉੱਧਰ ਦੇਖਦੇ ਆ ਕਿੰਨਾ ਉਹ 10 ਕਿਲੋਮੀਟਰ ਦਾ ਹੋਊਗਾ ਉਹ 7 5 ਜਿੰਨਾ
ਜਿੰਨਾ ਮਰਜ਼ੀ ਚੜੋ ਚਾਵਾ ਇਹਦੇ ਸੋ ਪੰਪ ਵੀ ਨੇੜੀ ਹੈਗਾ ਕੋਈ ਚੱਕਰ ਨਹੀਂ ਹੈਗਾ ਖਾਲੀ ਉਹਨੂੰ ਭਰਾ ਲਿਆ ਕਰਾਂ ਤੇਲ ਵੀ ਬਹੁਤ ਮਹਿੰਗਾ ਹੋ ਜਾਂਦਾ ਪਰ ਫੇਰ ਹੀ ਵੇ ਅਹੀਂ ਆਹ ਚੱਕਣ ਲੱਗ ਗਏ ਵਿਚਾਰੀ ਇਹ ਵੀ ਹੁਣ ਵੱਧ ਖਾਣ ਲੱਗ ਗਈ ਪਤਾ ਨਹੀਂ ਇਹ ਵੀ ਸਾਨੂੰ ਧੋਖਾ ਦੇ ਰਹੀ ਹੈ ਹੁਣ ਅੱਜ ਕੱਲ੍ਹ ਸਾਡੇ ਕੋਲੇ ਤਾਂ ਕੋਈ ਗੱਡੀ ਨਹੀਂ ਐਵਰੇਜ ਦਿੰਦੀ ਕੀ ਕਰੀਏ ਆ ਜਿਹੜੀਆਂ ਵੱਧ ਖਾਣੇ ਆ ਉੱਡੀਆਂ ਫਿਰਦੀਆਂ ਨੇ ਇਹ ਤੁਹਾਨੂੰ ਸ਼ਾਇਦ ਨਾਂ ਦੀਦੀਆਂ ਹੁਣ ਪਰ ਉੱਡ ਰਹੀਆਂ ਨੇ ਉਹ ਦੇ ਸਾਹਮਣੇ ਇਹ ਤੇ ਜੇ ਚੜ ਗਈ ਗੱਡੀ ਤਾਂ ਗੱਡੀ ਪਾਰ ਹੈ ਵੀਰੇ ਇਹ ਪੁਲਿਸ ਵਾਲੇ ਨੇ ਫੇਰ ਫੜ ਕੇ ਫੇਰ ਕੋਈ ਨਾ ਕੋਈ ਜੁਰਮਾਨਾ ਪਾ ਦਿੰਦਾ ਪਹਿਲਾਂ ਡੇਟਾ ਭਰ ਕੇ ਆਇਆ ਘਰੇ ਹੋਰ ਇੱਥੇ ਆ ਬੜਾ ਪੰਗਾ ਇੱਥੇ ਆਪਣੇ ਤਾਂ ਡੱਕਰ ਦਿੰਦੇ ਹੋ ਬਾਹਰ ਉੱਤਰ ਕੇ ਚੱਲ ਜਾਂ ਐਂ ਨਹੀਂ ਪਤਾ ਵਿੱਚ ਧਰ ਕੇ ਲੈ ਜਾਓ ਘਰੇ ਜਾ ਕੇ ਵੱਢ ਲਓ ਉਹਨੂੰ ਵੀ ਅੱਜ ਦਾ ਡਿਨਰ ਹੋ ਗਿਆ ਇੱਥੇ ਕੁਝ ਨਹੀਂ ਕਰ ਸਕਦੇ ਇੱਥੇ ਤੁਹਾਡਾ ਪੁਲਿਸ ਵਾਲਾ ਨੇ ਡਿਨਰ ਕਰ ਦੇਣਾ ਮੀਕਾ ਸਿੰਘ ਹੁਣ ਇਹਦੇ ਨਹੀਂ ਕਰ ਦੂੰ ਇਹਨੂੰ ਕਹਿ ਮੀਕਾ ਸਿੰਘ ਖਰਾਬੀ ਕਰਨ ਵਿਚ ਪੰਜਾਬੀ ਵੀ ਕਰੀ ਜਾਂਦੇ ਆਪਣੇ ਵਰਗੇ ਸੋ ਸਾਰਿਆਂ ਚ ਹੁੰਦੇ ਆ ਦੋ ਚਾਰ ਤਾਂ ਬਟ ਇਹ ਘੈਂਟ ਹੁੰਦੇ ਆ ਬੰਦੇ ਜੀ ਲਵਾਈ ਰੱਖਦੇ ਹੈਗੇ ਆ ਇਹਦੇ ਉੱਤੇ ਨਾ ਚੜਾ ਦੀ ਇਹ ਬਚਾਲੀ ਦੂਰੀ ਹੋਈ ਹਨ ਪੈਸਾ ਵਾਲਾ ਸਾਡੇ ਕੋਲ ਕੀ ਕਰੀਏ ਜਿਹੜੇ ਰਿਸ਼ਤੇਦਾਰ ਦੇਖਦੇ ਹੋਗੇ ਤੁਹਾਡੇ ਨਾਲ ਸਾਡਾ ਪਿਆਰ ਆ ਸਾਡਾ ਨਹੀਂ ਤਾਂ ਤੁਹਾਨੂੰ ਹੁਣ ਮੇਰੇ ਘਰ ਦੇ ਨੇ ਇੰਡੀਆ ਆਉਣਾ ਹੀ ਸੀਗਾ ਇੰਨੇ ਤੁਹਾਨੂੰ ਇਹ ਚੁਕਾ ਦਿੰਦਾ ਮੈਂ ਕਿਹਾ ਨਹੀਂ ਉਹਨਾਂ ਵਾਸਤੇ ਨਵੇਂ ਲੈ ਕੇ ਜਾਵਾਂਗੇ ਪਰ ਦੇਖੋ ਸ਼ਗਨ ਪਹਿਲੀ ਵਾਰ ਹੁੰਦਾ ਗਾ ਘਰ ਦੇ ਕੱਲ੍ਹ ਨੂੰ ਦੂਜੀ ਵਾਰ ਆਉਂਦੇ ਆ ਕਿ ਉਦੋਂ ਨਾ ਜਾਗ ਰੱਖਿਓ ਐਤਕੀ ਕੋਈ ਆਪਾਂ ਤੁਹਾਨੂੰ ਫੋਨ ਕਰਕੇ ਪਹਿਲਾਂ ਕਹਿ ਦੇ ਵੀਡੀਓ ਦੇਖ ਰਹੇ ਹੋਗੇ ਤੁਹਾਨੂੰ ਪਹਿਲਾਂ ਹੀ ਭੇਜ ਦਾਂਗੇ ਕੋਈ ਚੱਕਰ ਨਹੀਂ ਬਣਨੀ ਸੁੱਖ ਨਾਲ ਡਾਲਰ ਬਹੁਤ ਹੈ ਨੀ ਬਹੁਤ ਹੈ ਨੀ ਬਹੁਤ ਹੈ ਉਹਦੇ ਸਾਹਮਣੇ ਜੇ ਕਿਸੇ ਨੇ ਫੁੱਲ ਲੈ ਕੇ ਜਾਣੇ ਉੱਥੋਂ ਲੈ ਜਾਓ ਅਸੀਂ ਤਾਂ ਦਈਏ ਕਿ ਇਹਨੂੰ ਘਰ ਜਾਗਾ ਇਹ ਅਪਾਰਟਮੈਂਟ ਆ ਘੱਟੋ ਘੱਟ ਇੱਥੇ ਚਾਰ ਵੱਧੀ ਨੇ ਚਾਰ ਪੰਜ ਇਹ ਤਾਂ ਹੀ ਇੱਥੇ ਦੁਨੀਆ ਵੱਧ ਰੱਖੀ ਬੈਠੇ ਹੈਗੇ ਜਿਹੜੀ ਮੈਨੂੰ ਟਿਕਟਾਂ ਮਿਲੀਆਂ ਸੀਗੀਆਂ ਉਹ ਵੀ ਆ ਜਿਵੇਂ ਗੱਡੀਆਂ ਇੱਥੇ ਹੋਣੀਆਂ ਖੜਾਉਣ ਨੂੰ ਥਾਂ ਨਹੀਂ ਹੈਗੀ ਸਾਡੀ ਤਾਂ ਕਰਕੇ ਮਿਲ ਜਾਂਦੀ ਹਾਂ ਉਹ ਸਟਰੀਟ ਪਾਰਕਿੰਗ ਲੱਗਦੀ ਹੁੰਦੀ ਆ ਜਿਵੇਂ ਆਹ ਖੜੀਆਂ ਨੇ ਗੀਆਂ ਬ੍ਰਾਂਟਨ ਚ ਆਏ ਆ ਉਹਨਾਂ ਦੇ ਘਰਾਂ 'ਚ ਥਾਂ ਹੁੰਦੀ ਹੈ ਕਿ ਉੱਥੇ ਡਰਾਈਵ ਦੇ ਚੜਾ ਖੜਾ ਲੈਂਦੇ ਹੈਗੇ ਤੇ ਉੱਥੇ ਟਿਕਟ ਵੀ $30 ਕਿੰਨੇ ਦੀ ਪਤਾ ਬਸ $30 to $40 ਜਿਹੜੀ ਪਾਰਕਿੰਗ ਦੀ ਉਹ ਤਾਂ ਇੰਨੀ ਕੀ ਹੁੰਦੀ ਆ $35-40 ਇੱਥੇ ਇੱਥੇ ਡਬਲ ਆਪਣੇ ਪਿੱਛੇ ਵੀਡੀਓ ਦੇਖੀ ਸੀ ਬੁੜੀ ਦੇ ਥਾਪੜੇ ਲਾਏ ਉਹਨੇ ਲਾ ਕੇ ਕਹਿੰਦਾ ਤੂੰ ਹੁਣ ਫ੍ਰੀ ਫ੍ਰੀ ਕਰਤੀ ਉਹਦੇ ਨੀ ਮੋਦੀ ਨੇ ਪਤਾ ਨੀ ਕਿਹਨੇ ਕਰੀ ਹੈਗੀ ਮੋਦੀ ਨੇ ਕਰੀ ਉਧਰ ਬਸ ਤੇ ਤੂੰ ਕਹਿੰਦਾ ਹੁਣ ਫ੍ਰੀ ਚ ਉਹ ਕਰੀ ਬੈਠੇ ਆ ਪਹਿਲੇ ਫੁੱਲ ਬਹੁਤ ਸੋ ਇੱਧਰ ਗੋਡਾ ਕੰਮ ਬਟ ਆਇਆ ਵੀ ਜਦੋਂ ਇੱਕ ਦੀ ਸਵਾਰੀਆਂ ਫੁੱਲ ਹੋ ਜਾਂਦੀਆਂ ਨੇ ਫਿਰ ਇਹ ਵੱਧ ਨੀ ਬਿਠਾਉਂਦੇ ਚਾਹੇ ਤੁਹਾਨੂੰ 10 ਬੱਸਾਂ ਵੇਟ ਕਰਨੀ ਪੈ ਜੇ ਬਟ ਜਦੋਂ ਇਹਨਾਂ ਦੀ ਸਵਾਰੀਆਂ ਪੂਰੀਆਂ ਨੇ ਉਹ ਤੋਂ ਬਾਅਦ ਨੀ ਬਿਠਾਉਂਦੇ ਬਟ ਬ੍ਰੈਂਪਟਨ ਚ ਇੱਦਾਂ ਗਾ ਵੀ ਉੱਥੇ ਫੁੱਲ ਲਮ ਕੇ ਵਗ ਜਾਂਦੇ ਹੈਗੇ ਹੁਣ ਉੱਥੇ ਕਹਿੰਦੇ ਕਈ ਡਰਾਈਵਰ ਵੀ ਪੰਜਾਬੀ ਨੇ ਉਹ ਕਹਿੰਦੇ ਵੀ ਆ ਜਾਓ ਯਾਰ ਫਿਰ ਹੁਣ ਲੋਕਾਂ ਦਾ ਕਹਿੰਦੇ ਕੰਮ ਕੁੰਮ ਛੱਡਦਾ ਹੁੰਦਾ ਗਾ ਬਾਕੀ ਚਲੋ ਠੀਕ ਹੈ ਜੀ ਮੇਰੇ ਵਰਗਾ ਭਾਰਾ ਹੋ ਜਾਂਦਾ ਨਵੇਂ ਕੱਪੜੇ ਲੈਣ ਜੀ ਕਰਦਾ ਰਿਸ਼ਤੇਦਾਰਾਂ ਨੂੰ ਮੈਂ ਆਹ ਨੀ ਦੇ ਕੇ ਆਉਂਦਾ ਨਹੀਂ ਰਿਸ਼ਤੇਦਾਰਾਂ ਨੂੰ ਅਸੀਂ ਉਹ ਵੀ ਦੇ ਸਕਦੇ ਸੀਗੇ ਵੀ ਡਰੈਸਾਂ ਗਈਆਂ ਆਪਣੇ ਹਲੇ ਜੋਬਨ ਕਹਿੰਦਾ ਘੱਟ ਹੈਗਾ ਇਹ ਜੋਬਨ ਅਸੀਂ ਪਹਿਲਾਂ ਬੰਦਾ ਰੱਖਿਆ ਹੋਇਆ ਹੈਗਾ ਆ ਜਾ ਆ ਲੋਰ ਲੈਣ ਦੇ ਉਹ ਘਰ ਦੇ ਦਿਮਾਗ ਹਿੱਲ ਗਿਆ ਸਾਰਾ ਕੁਝ ਛੱਡ ਛੱਡਤਾ ਹਾਂ ਹੋਰ ਭੈਣ ਨੀ
ਮੈਂ ਤਾਂ ਉਹੀ ਕਿਹਾ ਸਰ ਕੋਲ ਕੱਢ ਕੇ ਦੇ ਦਾ ਮੈਨੂੰ ਆ ਲੈ ਫਰਾਂ ਵਾਲੇ ਹਜੇ ਇਹ ਜੀਆਂ ਲੋਰਾਂ ਲੈ ਕੇ ਆਇਓ ਜਦੋਂ ਕਿਸੇ ਨੇ ਬਾਹਰ ਆਉਣਾ ਨਾ ਇਹ ਵਧੀਆ ਰਹਿੰਦੀ ਹੈਗੀ ਠੰਡ ਠੁੰਡ 'ਚ ਓਕੇ ਰਿਪੋਰਟ ਆ ਆ ਇੱਕ ਬਲੇਜ਼ਰ ਸੀਗਾ ਲੈ ਬਲੇਜ਼ਰ ਪਾ ਦਿੰਦੇ ਸੋ ਊਂ ਤਾਂ ਅਸੀਂ ਟਰੱਕ ਵੀ ਰੱਖਿਆ ਹੈਗਾ ਜਿਹੜੇ ਠੇਲਾ ਰੱਖਿਆ ਹੋਇਆ ਠੇਲਾ ਅਸੀਂ ਜਿਹੜਾ ਨੂੰ ਲੱਗਦਾ ਹੈਗਾ ਕਿੱਲੀਆਂ ਗੱਡੀਆਂ ਗੁੱਡੀਆਂ ਨੇ ਨਹੀਂ ਵੀਰੇ ਕਾਰੋਬਾਰ ਤਕੜਿਆ ਸਾਡੇ ਕੰਮ ਮਿੱਤਰਾਂ ਦੇ ਵੱਡੇ ਵੱਲ ਹੀ ਨਹੀਂ ਉਹ ਕਰ ਦੇਣੇ ਜੀ ਗੱਲਾਂ ਵੱਡੀਆਂ ਹਾਈ ਐਂਡ ਗੱਡੀਆਂ ਹਾਈ ਐਂਡ ਟਰੱਕ ਛੋਟੇ ਵਾਲੇ ਰੁਪਈਆ ਲਾਇਆ ਇਹਦੇ ਲੱਖ ਰੇਵਨ ਰਹਿ ਗਈ ਸੀ ਹੈਲੋ ਫਰੈਂਡਸ ਤੇ ਮਿੱਤਰੋ ਇਹ ਆਪਾਂ ਗੋਰੀ ਨਾਲ ਚਾਰ ਗੱਲਾਂ ਮਾਰੀਆਂ ਉਦੋਂ ਮੈਂ ਸਹੀ ਸਲਾਮਤ ਸਾਊ ਜਾ ਬਣ ਕੇ ਘਰੇ ਆ ਗਿਆ ਅਤੇ ਘਰੇ ਆ ਕੇ ਫਿਰ ਮੈਂ ਥੋੜ੍ਹਾ ਬਹੁਤਾ ਫਿਰ ਘਰ ਦਾ ਕੰਮ ਕਾਰ ਕਰ ਲਿਆ ਕੀ ਸਿਸਟਮ ਸੀ ਹੈ ਨਾ ਸਿੱਟ ਹੀ ਮੈਂ ਕੱਪੜੇ ਲੀੜੇ ਅਤੇ ਹੁਣ ਦੂਜੀ ਗੱਲ ਇਹ ਆ ਵੀ ਬਲੌਗ ਹੁਣ ਗੋਰੀ ਨਾਲ ਹੀ ਪਾ ਦਿਆ ਕਰੂੰਗਾ ਬਟ ਮੈਨੂੰ ਐਂ ਹੁੰਦਾ ਵੀ ਯਾਰ ਜਿਹੜੇ ਲੋਕ ਹੈ ਨਾ ਥੰਬਨੇਲ 'ਤੇ ਵੀ ਕੁਛ ਹੋਰ ਲਿਖ ਦਿੰਦੇ ਅੰਦਰ ਬਲੌਗ 'ਚ ਉਹੋ ਜਿਹਾ ਕੁਛ ਨਹੀਂ ਹੁੰਦਾ ਅਤੇ ਮਤਲਬ ਜਾਲੀ ਜਿਹੀਆਂ ਗੱਲਾਂ ਕਰ ਕਰਕੇ ਵੀ ਵੀਡੀਓ ਪਾਉਂਦੇ ਰਹਿੰਦੇ ਹਨ ਉੱਥੇ ਤੁਸੀਂ ਬੜਾ ਪਿਆਰ ਦਿਖਾਉਣੇ ਲੋਕੋ ਇਹੋ ਜਿਹੀ ਵੀਡੀਓ ਸਬਸਕ੍ਰਾਈਬ ਕਿਉਂ ਨਹੀਂ ਕਰਦੇ ਤੁਸੀਂ ਹੈ ਨਾ ਸਾਨੂੰ ਐਡਾ ਕਨੇਡਾ ਘੁਮਾਈਦਾ ਗਾ ਹੁਣ ਹਰੇਕ ਬੰਦਾ ਵੀਡੀਓ ਜੇ ਕੋਈ ਪਾ ਰਿਹਾ ਉਹ ਚਲਾਉਣ ਨੂੰ ਵੀ ਪਾ ਰਿਹਾ ਹੈ ਨਾ ਬਈ ਸਮਝ ਰਹੇ ਹੋ ਗੱਲ ਨੂੰ ਸੋ ਜਿਹੜੇ ਨਵੇਂ ਹੋ ਪੁਰਾਣੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਹੋਣਗੀਆਂ ਮੇਰੇ ਵੱਲੋਂ ਤਾਂ ਜੇ ਕਮੀ ਪੇਸੀ ਹੁੰਦੀ ਹੈ ਮੈਸੇਜ ਤੁਸੀਂ ਕਰਦਿਆ ਕਰੋ ਵੀ ਭਾਈ ਆਹ ਕਮੀ ਆ ਅੱਗੇ ਤੂੰ ਆਏ ਨਾ ਕਰੀ ਜਾਂ ਆਏ ਕਰੀ ਸੋ ਦੱਸ ਦਿਆ ਕਰੋ ਆਲ ਗੁੱਡ ਆ ਅਤੇ ਇੱਕ ਦੋ ਬਲੌਗ ਹੋਰ ਰੈਡੀ ਪਏ ਆ ਮੈਂ ਜਾਣ ਕੇ ਨਹੀਂ ਪਾ ਰਿਹਾ ਮੇਰਾ ਜੀ ਜੇ ਨਹੀਂ ਕਰ ਦਿੰਦਾ ਫਿਰ ਮੈਂ ਜਿੱਦੇ ਜੀ ਕਰਦਾ ਉਹਦੇ ਪਾ ਦਿੰਦਾ ਹੁਣ ਨਾ ਐਂ ਤਾਂ ਫਿਰ ਗੋਰੀ ਘਰ ਦਾ ਨਾ ਨਹੀਂ ਬੁਲਾਈ ਸੀ ਮੈਂ ਅਤੇ ਤੁਸੀਂ ਕਹਿੰਦਾ ਗੱਪ ਰੁੜ ਹੀ ਜਾਂਦਾ ਹੋਕਿਆਂ ਨਹੀਂ ਰੋੜਦਾ ਮੈਂ ਸੋ ਕਲਿੱਪ ਤੁਹਾਨੂੰ ਮਾੜੀ ਜਿਹੀ ਦਿਖਾ ਦਿੰਦਾ ਗਾ ਬਾਕੀ ਤੁਹਾਨੂੰ ਇੱਕ ਦੋ ਬਲੌਗਾਂ ਦੇ ਬਾਅਦ ਦਿਖਾਊਂਗਾ ਨਹੀਂ ਅਗਲਾ ਬਲੌਗ ਉਹੀ ਪਾ ਦਾ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਗੁੱਡ ਨਾਈਟ ਥੈਂਕ ਯੂ